ਡਿਸੀਜਨ ਸੰਗਤ ਦਾ ਇਹੀ ਲਿਆ ਗਿਆ ਜੀ ਵੀ ਸਾਡੇ 'ਤੇ ਜੋ ਤਸ਼ੱਦਦ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ ਅਤੇ ਇਹਦੇ ਜਿਹੜਾ ਹੈਗਾ ਇਨਸਾਫ ਦੀ ਅਸੀਂ ਮੰਗ ਕਰਦੇ ਹਾਂ, ਜਿਹਦੇ 'ਚ ਦੋ ਮੰਗਾਂ ਅਸੀਂ ਰੱਖੀਆਂ ਪ੍ਰਸ਼ਾਸਨ ਦੇ ਅੱਗੇ, ਵੀ ਮੀਡੀਆ ਦੇ ਵਿੱਚ ਵੀ ਤੁਹਾਨੂੰ ਗੁਜ਼ਾਰਿਸ਼ ਕਰ ਰਹੇ ਹਾਂ ਵੀ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਓ। ਸਾਡੇ ਨਾਲ ਧੱਕਾ ਹੋਇਆ ਤਾਂ ਇੱਕ ਸਿਆਸੀ ਜੋ ਕਤਲ ਪਲੈਨਿੰਗ ਦੇ ਨਾਲ ਜੋ ਕਤਲ ਹੋਇਆ ਉਹਦੀ ਜੁਡੀਸ਼ਰੀ ਇੱਕ ਜਾਂਚ ਹੋਵੇ ਵੀ ਉਹ ਦੋ ਲੋਕ ਹੀ ਨਹੀਂ, ਉਹਨਾਂ ਦੇ ਪਿੱਛੇ ਉਹਨਾਂ ਨੂੰ ਸੁਜੈਸਟ ਕਰਨ ਵਾਲਾ ਕੌਣ ਹੈ, ਕਿਹਨੇ ਪਲੈਨਿੰਗ ਕੀਤੀ ਉੱਥੇ, ਜਿਹੜੇ ਸੈੱਲ ਦੇ ਵਿੱਚ ਹੋਰ ਕਿਸੇ ਨੂੰ ਜਾਣ ਦੀ ਇਜਾਜ਼ਤ ਹੀ ਨਹੀਂ ਹੈ, ਕਿਵੇਂ ਖੁੱਲ੍ਹੇ ਦੇ ਵਿੱਚ ਉੱਥੇ ਜਾ ਕੇ ਜਿਹੜਾ ਹੈਗਾ ਅਟੈਕ ਹੋਇਆ, ਇਹ ਕੋਈ ਝੜਪ ਨਹੀਂ ਹੈ, ਇਹ ਕਤਲ ਕਰਵਾਇਆ ਗਿਆ, ਇਹ ਮੰਗ ਹੈ। ਦੂਜੀ ਮੰਗ ਹੈ ਜਿਹੜੀ ਸਾਡੀ ਕਿ ਜਿਸ ਸਿਸਟਮ ਦੀ ਵਜ੍ਹਾ ਨਾਲ ਇਹ ਪਰਚਾ ਹੋਇਆ, ਜਿਸ ਸਿਸਟਮ ਦੀ ਵਜ੍ਹਾ ਨਾਲ ਇੱਥੇ ਪਹੁੰਚੇ, ਇਹ ਨੌਬਤ ਆਈ ਹੈ ਜਿਹੜਾ ਕਿ ਇਹਨਾਂ 'ਤੇ ਬੇਅਦਬੀ ਵਾਲਾ ਪਰਚਾ ਪਾਇਆ ਗਿਆ, ਉਹ ਸਰਾਸਰ ਝੂਠਾ ਹੈ। ਅਸੀਂ ਇਹ ਮੰਗ ਕਰਦੇ ਹਾਂ ਵੀ ਉਹ ਝੂਠੇ ਪਰਜੇ ਖਾਰਜ ਕੀਤੇ ਜਾਣ, ਖਤਮ ਕੀਤੇ ਜਾਣ। ਹੁਣ ਕਿਹਨੂੰ ਕਹਿ ਸਕਦੇ ਹਾਂ ਜੀ ਹਜੇ ਤੱਕ, ਕਿਉਂਕਿ ਸਾਨੂੰ ਤਾਂ ਅਸੀਂ ਪਤਾ ਹੀ ਨਹੀਂ ਅੰਦਰ ਕੀ ਹੋਇਆ ਕੀ ਨਹੀਂ ਹੋਇਆ। ਜਿੰਨਾ ਕੁ ਵੀ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਕੋਈ ਗੱਲਬਾਤ ਆਈ ਹੈ ਜਾਂ ਪ੍ਰਸ਼ਾਸਨ ਨੇ ਦੱਸਿਆ, ਉਹਦਾ ਇਹ ਹੀ ਹੈ ਵੀ ਦੋ ਲੋਕਾਂ ਨੇ ਅਟੈਕ ਕੀਤਾ। ਹੁਣ ਉਹਨਾਂ ਦੇ ਮਗਰ ਕੌਣ ਹੋ ਸਕਦਾ, ਕੌਣ ਨਹੀਂ ਹੋ ਸਕਦਾ, ਇਸੇ ਕਰਕੇ ਤਾਂ ਅਸੀਂ ਜਾਂਚ ਦੀ ਮੰਗ ਕਰਦੇ ਹਾਂ ਵੀ ਸੱਚਾਈ ਸਾਹਮਣੇ ਆਵੇ। ਅੱਜ ਇੱਕ 'ਤੇ ਅਟੈਕ ਹੋਇਆ, ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਹੋਊਗਾ। ਬਿਲਕੁਲ ਜੀ, ਨਹੀਂ ਬੇਟੀ ਨਹੀਂ ਪਹੁੰਚੀ ਰਸਤੇ 'ਚ ਜੀ, ਇੱਕ ਰਿਸ਼ਤੇਦਾਰ ਹਰਿਦੁਆਰ ਤੋਂ ਆਉਣੇ ਸੀ, ਉਹ ਵੀ ਹਜੇ ਰਸਤੇ 'ਚ। ਨਹੀਂ ਫਿਲਹਾਲ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਜੀ। ਫੈਸਲਾ ਇਹੀ ਹੈ ਵੀ ਬੈਠੇ ਹਾਂ, ਇਨਸਾਫ ਦੀ ਮੰਗ ਕਰਦੇ ਹਾਂ। ਪ੍ਰਸ਼ਾਸਨ ਸਾਡੀਆਂ ਜਾਇਜ਼ ਜੋ ਮੰਗਾਂ ਹੈ ਉਹਨਾਂ ਨੂੰ ਮੰਨਦਾ, ਕਿਵੇਂ ਲੈਂਦਾ, ਉਸ ਤੋਂ ਬਾਅਦ ਜੋ ਵੀ ਹੋਊਗਾ ਫੈਸਲਾ। ਨਹੀਂ ਅਜੇ ਤੱਕ ਤਾਂ ਕੋਈ ਅੰਤਿਮ ਸੰਸਕਾਰ ਦੀ ਕੋਈ ਗੱਲ ਨਹੀਂ, ਅਜੇ ਨਹੀਂ ਜੀ, ਅਸੀਂ ਸੰਘਰਸ਼ ਕਰਾਂਗੇ। ਸੱਚੇ ਸੌਦੇ ਦੇ ਵਿੱਚ ਲੋਕਾਂ ਦੇ ਦਰਦਾਂ ਲਈ ਡਰਨ ਵਾਲੇ ਮੁੱਖ
ਇਸਦੇ ਪਿੱਛੇ ਜੋ ਅਸਲੀ ਚਿਹਰੇ ਹੈ ਉਹ ਨੰਗੇ ਵੀ ਕੀਤੇ ਜਾਂਦੇ। ਤਦ ਤੱਕ ਆਪਾਂ ਇਸੇ ਤਰ੍ਹਾਂ ਡਟੇ ਰਹਾਂਗੇ ਤੇ ਇੱਕ ਵਾਰ ਫਿਰ ਜੋਸ਼ ਨਾਲ ਉਹੀ ਨਾਰਾ